ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘਪੁਰੇ ਕੱਪਲ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਤਹਿ ਦਿਲ ਤੋਂ ਸਵਾਗਤ ਤੁਹਾਡਾ ਸਾਰਿਆਂ ਦਾ, ਬਹੁਤ ਸਾਰਾ ਪਿਆਰ। ਸੋ ਅੱਜ ਵੇਖੋ ਜੀ, ਮੇਰੀ ਵਾਈਫ ਰੋਟੀ ਬਣਾ ਰਹੀ ਆ, ਵੈਜੀਟੇਬਲ ਨੇਮ ਆਫ ਦਾ ਵੈਜੀਟੇਬਲ ਗੋਭੀ ਦੀ ਸਬਜ਼ੀ, ਯੂ ਕੈਨ ਸੀ। ਵੇਖੋ ਜੀ ਗੋਭੀ ਬਣਾਈ ਆ ਜੀ, ਉਹਦਾ ਇੱਥੇ ਇੰਗਲਿਸ਼ ਫੂਡ ਖਾ ਖਾ ਕੇ ਨਾ ਥੋੜ੍ਹਾ ਮਨ ਅੱਕਿਆ ਹੋਇਆ ਸੀ, ਅਤੇ ਅੱਜ ਅਸੀਂ ਆਪਣਾ ਖਾਣਾ ਬਣਾਇਆ, ਆਪਣੇ ਘਰ ਵਾਲਾ ਖਾਣਾ ਬਣਾਇਆ, ਆਪਣੀ ਵਤਨ ਦਾ ਖਾਣਾ। ਸੋ ਯੂ ਕੈਨ ਸੀ ਇਹ ਮੈਂ ਦੇਸੀ ਜੁਗਾੜ, ਇੰਡੀਅਨ ਜੁਗਾੜ ਲਗਾਇਆ ਵਾ। ਹਾਂਜੀ, ਇਹ ਕਿਸੇ ਚੀਜ਼ ਦੀ ਪੈਕਿੰਗ ਸੀਗੀ, ਇਹਨੂੰ ਮੈਂ ਧੋ ਕੇ ਐਕਚੁਲੀ ਅਸੀਂ ਚਕਲਾ ਲੈਣਾ ਭੁੱਲ ਗਏ ਸੀਗੇ ਇੰਡੀਆ ਤੋਂ, ਅਤੇ ਇਹਨੂੰ ਅਸੀਂ ਧੋ ਕੇ ਅਤੇ ਮੈਂ ਇਹਨੂੰ ਉੱਥੇ ਵਿਛਾ ਲਿਆ, ਨਾਲੇ ਸਿਲਕ ਵੀ ਸਾਰੀ ਗੰਦੀ ਨਹੀਂ ਹੋਣੀ, ਨਾਲੇ ਸਾਨੂੰ ਰੋਟੀ ਬਣਾਉਂਦੀ ਕੋਈ ਪ੍ਰੋਬਲਮ ਨਹੀਂ, ਆਰਾਮ ਨਾਲ ਦੇਖੋ ਰੋਟੀ ਦੇ ਦੋ। ਬਹੁਤ ਵਧੀਆ ਜੀ, ਮੇਰੀ ਵਾਈਫ ਨੇ ਬਹੁਤ ਵਧੀਆ ਜੁਗਾੜ ਲਿਆ। ਸੋ ਮੇਰੀ ਵਾਈਫ ਸਫਾਈ ਦਾ ਖਾਸ ਧਿਆਨ ਰੱਖਦੀ ਹੈ ਜੀ, ਕਿਉਂਕਿ ਸਿਰ 'ਤੇ ਇਹ ਰੋਟੀ ਵੇਲਣਾ ਥੋੜ੍ਹਾ ਅਨਹਾਈਜੀਨਿਕ ਹੋ ਜਾਏਗਾ। ਹਾਂ, ਅਨਹਾਈਜੀਨਿਕ ਹੋ ਜਾਣਾ ਸੀ, ਭਾਵੇਂ ਜਿੰਨੀ ਮਰਜ਼ੀ ਆਪਾਂ ਸਿਲਕ ਸਾਫ਼ ਕਰੀਏ ਪਰ ਕਿਤੇ ਨਾ ਕਿਤੇ ਜੰਮਸ ਰਹਿ ਜਾਂਦੇ ਆ। ਬਿਲਕੁਲ ਬਿਲਕੁਲ, ਇਸ ਕਰਕੇ ਮੈਂ ਪੋਲੀਥੀਨ ਨੂੰ ਚੰਗੀ ਤਰ੍ਹਾਂ ਇਹਨੂੰ ਧੋ ਕੇ ਇਹਨੂੰ ਮੈਂ ਯੂਜ਼ ਕਰ ਰਹੀ ਹਾਂ। ਬਿਲਕੁਲ, ਅਤੇ ਇਸ ਕਰਕੇ ਬੜਾ ਵਧੀਆ ਜੁਗਾੜ ਲਾਇਆ ਵੀ ਅਸੀਂ, ਪੰਜਾਬੀ ਜੁਗਾੜ ਲਾ ਹੀ ਲੈਂਦੇ ਕਿਤੇ ਨਾ ਕਿਤੇ। ਸੋ ਵੇਖ ਸਕਦੇ ਹੋ ਜੀ, ਇੱਕ ਪਾਸੇ ਸਬਜ਼ੀ ਬਣਾ ਰਹੀ, ਇੱਕ ਪਾਸੇ ਰੋਟੀ ਬਣਾ ਰਹੀ ਹਾਂ। ਤੁਹਾਨੂੰ ਮੇਰਾ ਦੇਸੀ ਜੁਗਾੜ ਕਿਵੇਂ ਦਾ ਲੱਗਾ ਜ਼ਰੂਰ ਦੱਸਿਓ। ਅੱਜ ਐਕਚੁਲੀ ਮੈਂ ਹੇਅਰ ਵਾਸ਼ ਕੀਤੇ ਆ, ਅੱਜ ਥੋੜੀ ਧੁੱਪ ਸੀ ਨਾ, ਮੈਂ ਕਿਹਾ ਚਲੋ ਹੇਅਰ ਵਾਸ਼ ਕਰ ਲੈਂਦੇ ਹਾਂ। ਵੈਸੇ ਮੈਂ ਹਫ਼ਤੇ 'ਚ ਤਿੰਨ ਵਾਰੀ ਕਰ ਲੈਂਦੀ ਹਾਂ। ਬਦਲ ਫੇਰ ਹੋ ਗਿਆ, ਇੱਥੇ ਮੌਸਮ ਦਾ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਬਾਰਿਸ਼ ਆ ਜਾਣੀ, ਕਿਹੜੇ ਵੇਲੇ ਬੱਦਲ ਹੋ ਜਾਣਾ, ਅਤੇ ਸਵੇਰੇ ਤਾਂ ਬਾਰਿਸ਼ ਆ ਰਹੀ, ਫਿਰ ਅਚਾਨਕ ਧੁੱਪ ਚੜ੍ਹ ਗਈ, ਹੁਣ ਫਿਰ ਬੱਦਲ ਹੋ ਗਿਆ। ਕੀ ਕਹਿਣਾ ਚਾਹੋਗੇ ਆਪਣੇ ਦਰਸ਼ਕਾਂ ਨੂੰ? ਦਰਸ਼ਕਾਂ ਨੂੰ ਇਹੀ ਕਹਿਣਾ ਚਾਹੂੰਗੀ, ਠੰਡ ਆ ਗਈ ਹੈ, ਬਚ ਕੇ ਰਹੋ ਠੰਡ ਤੋਂ। ਅਤੇ ਗੋਭੀ ਦੀ ਸਬਜ਼ੀ ਦੱਸੋ ਮੇਰੀ, ਭਲਾ ਵੇਖ ਕੇ ਸ਼ਕਲ ਇੰਨੀ ਵਧੀਆ ਹੈ ਨਹੀਂ ਅਜੇ, ਥੋੜ੍ਹੀ ਸੜ ਵੀ ਸਕਦੀ ਆ। ਐਕਚੁਲੀ ਕਾਫੀ ਦਿਨਾਂ ਬਾਅਦ ਇੰਡੀਅਨ ਸਬਜ਼ੀ ਬਣਾਉਣ ਲੱਗੀ ਹੈ ਮੈਂ। ਬਿਲਕੁਲ ਬਿਲਕੁਲ, ਯੂਕੇ ਦੀਆਂ ਬੱਸਿਸ ਵੇਖ ਲਓ ਜੀ, ਲੋਕਲ ਬੱਸਿਸ। ਅਤੇ ਜੀ ਹੁਣ ਅਸੀਂ ਗਰਮ ਗਰਮ ਰੋਟੀ ਖਾਣ ਲੱਗੇ ਹਾਂ, ਗੋਭੀ ਦੀ ਸਬਜ਼ੀ। ਰੋਟੀ ਵੱਲ ਥੋੜ੍ਹਾ ਇਗਨੋਰ ਕਰਿਓ, ਥੋੜ੍ਹੀ ਸੜ ਗਈ ਆ, ਅਤੇ ਸਬਜ਼ੀ ਤਾਂ ਬਹੁਤ ਟੇਸਟੀ ਬਣੀ ਆ। ਆ ਜਾਓ ਵੀ ਇੰਨੇ ਜਿੰਨੇ ਖਾਣੀ ਹੈ, ਇੰਨੀ ਦੂਰ। ਥੈਂਕ ਯੂ ਜੀ, ਜੁੜੇ ਰਹੋ ਸਿੰਘਪੁਰੀਆ ਕੱਪਲ ਚੈਨਲ ਨਾਲ, ਐਂਡ ਲਾਈਕਸ ਐਂਡ ਕਮੈਂਟਸ ਦਿੰਦੇ ਰਹੋ। ਹੁਣ ਬਾਕੀ ਗੱਲਾਂ ਅਸੀਂ ਰੋਟੀ ਖਾ ਕੇ ਕਰਦੇ ਹਾਂ। ਥੈਂਕ ਯੂ ਸੋ ਮਚ। ਰੋਟੀ ਖਾਣ ਵੇਲੇ ਇੰਜੋਏ ਕਰਨਾ ਚਾਹੁੰਦੇ ਰੋਟੀ ਨੂੰ, ਜਿਸ ਵੀਡੀਓ ਵੱਲ ਧਿਆਨ ਦੇਵੇਗਾ ਨਾ, ਫਿਰ ਅਸੀਂ ਰੋਟੀ ਚੰਗੀ ਤਰ੍ਹਾਂ ਇੰਜੋਏ ਕਰਾਂਗੇ ਅਸੀਂ। ਬਹੁਤ ਟੇਸਟੀ ਬਣੀ ਹੈ ਸਬਜ਼ੀ। ਥੈਂਕ ਯੂ। ਹਾਂਜੀ, ਰੋਟੀ ਅਸੀਂ ਖਾ ਲਈ ਆ, ਹੁਣ ਆਪਾਂ ਚਾਹ ਪੀ ਰਹੇ ਹਾਂ। ਅਤੇ ਤੁਹਾਨੂੰ ਸਾਡਾ ਛੋਟਾ ਜਿਹਾ ਵਲੌਗ ਅੱਜ ਦਾ ਕਿਵੇਂ ਦਾ ਲੱਗਾ? ਐਕਚੁਲੀ ਅੱਜ ਸਾਡਾ ਕੋਈ ਇੰਟੈਂਸ਼ਨ ਨਹੀਂ ਸੀ ਅੱਜ ਕੋਈ ਵੀਡੀਓ ਬਣਾਉਣ ਦੀ, ਅਤੇ ਬਟ ਅੱਜ ਮੈਂ ਇੰਨੇ ਦਿਨਾਂ ਬਾਅਦ ਸਬਜ਼ੀ ਬਣਾਈ ਨਾ ਅੱਜ, ਅਤੇ ਪਲਵਿੰਦਰ ਕਹਿੰਦੇ ਆਪਾਂ ਦਿਖਾ ਦਿੰਦੇ ਹਾਂ ਕਿ ਅੱਜ ਆਪਾਂ ਸਬਜ਼ੀ ਬਣਾਈ ਆ, ਅਤੇ ਇਸ ਕਰਕੇ ਗੋਭੀ ਦੀ ਸਬਜ਼ੀ ਬਹੁਤ ਟੇਸਟੀ ਬਣੀ ਸੀਗੀ। ਹੋਰ ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜੀ, ਬਸ ਇਹ ਵੀਡੀਓ ਲਾਈਕ ਕਰੋ ਐਂਡ ਵਧੀਆ ਵਧੀਆ ਕਮੈਂਟਸ ਕਰੋ ਐਂਡ ਸ਼ੇਅਰ ਜ਼ਰੂਰ ਕਰੋ। ਅਤੇ ਇੱਥੇ ਗਾਣਾ ਤਾਂ ਤੁਹਾਨੂੰ ਸੁਣਾ ਨਹੀਂ ਸਕਦੇ, ਜਦੋਂ ਆਪਣਾ ਅਪਾਰਟਮੈਂਟ ਅਸੀਂ ਲਵਾਂਗੇ, ਬਸ ਲੈ ਲੈਣਾ ਥੋੜ੍ਹੇ ਚਿਰ ਤੱਕ, ਉੱਥੇ ਹਾਰਮੋਨੀਅਮ ਨਵਾਂ ਖਰੀਦਾਂਗੇ ਅਤੇ ਫਿਰ ਨਾਲ ਇੰਜੋਇਮੈਂਟ ਪੂਰਾ ਕਰਾਂਗੇ। ਇੱਥੇ ਅਸੀਂ ਜ਼ਿਆਦਾ ਬੋਲ ਵੀ ਨਹੀਂ ਸਕਦੇ। ਹਾਂਜੀ, ਤਾਂ ਗੋਰੇ ਲੜਨ ਆ ਜਾਂਦੇ ਆ, ਗੋਰੇ ਲੜਨ ਆ ਜਾਂਦੇ ਇੱਥੇ, ਇਸ ਕਰਕੇ ਪਹਿਲਾਂ ਮੈਨੂੰ ਲੱਗਦਾ ਸੀ ਸਿਰਫ ਆਪਣੇ ਪੰਜਾਬੀ ਲੜਦੇ ਆ, ਮੈਨੂੰ ਇੱਥੇ ਆ ਕੇ ਪਤਾ ਲੱਗਾ ਗੋਰੇ ਵੀ ਲੜਦੇ ਹੁੰਦੇ ਆ। ਪਰ ਪੰਜਾਬ ਵਿੱਚ ਜਿੰਨਾ ਮਰਜ਼ੀ ਉੱਚ ਉੱਚੀ ਬੋਲੋ, ਇੱਥੇ ਡੀ ਜੇ ਲੋਕ 12-12 ਵਜੇ ਤੱਕ 1-1 ਵਜੇ ਤੱਕ, ਪਰ ਇੱਥੇ ਕੋਈ ਇੱਦਾਂ ਦੇ
ਬਹੁਤ ਰੈਸਟ੍ਰਿਕਸ਼ਨਸ ਆ ਇੱਥੇ। ਚਲੋ ਜੁੜੇ ਰਹੋ ਜੀ ਸਾਰੇ, ਬਾਹਰ ਨਿਕਲਾਂਗੇ, ਬਾਹਰ ਨਿਕਲਾਂਗੇ ਫਿਰ ਤੁਹਾਨੂੰ ਬਾਹਰ ਦੀ ਵੀਡੀਓ ਵਲੌਗ ਬਣਾ ਕੇ ਤੁਹਾਨੂੰ ਦਿਖਾਵਾਂਗੇ ਅਸੀਂ ਕਿੱਥੇ ਕਿੱਥੇ ਜਾ ਰਹੇ ਹਾਂ। ਬਿਲਕੁਲ। ਤੇ ਤੁਹਾਨੂੰ ਮੈਂ ਆਪਣੀ ਯੂਨੀਵਰਸਿਟੀ ਦਾ ਵਲੌਗ ਵੀ ਦਿਖਾਵਾਂਗੀ। ਤੇ ਇਸ ਤਰ੍ਹਾਂ ਹੀ ਜੁੜੇ ਰਹੋ ਸਾਡੇ ਨਾਲ ਜੀ। ਥੈਂਕ ਯੂ ਜੀ, ਥੈਂਕ ਯੂ ਸੋ ਮਚ, ਥੈਂਕ ਯੂ। ਵੀਡੀਓ ਲਾਈਕ ਕਰ ਦਿਆ ਕਰੋ, ਕਮੈਂਟ ਵੀ ਕਰ ਦਿਆ ਕਰੋ ਤੇ ਸ਼ੇਅਰ ਵੀ ਕਰ ਦਿਆ ਕਰੋ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।